ਗੁਰਨਾਮ ਭੁੱਲਰ ਦਾ ਪਿੰਡ ਹੈ ਜੀ ਕਮਾਲ ਵਾਲਾ। ਗਾਇਕ ਦੇ ਪਿੰਡ ਦੇ ਵਿੱਚ ਵੋਟਾਂ ਵੋਟਾਂ ਦੀ ਚਰਚਾ ਕਿੰਨੀ ਕੁ ਹੈ? ਪਿੰਡ ਦੇ ਲੋਕ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਦੇ ਹਾਂ, ਗੁਰਨਾਮ ਭੁੱਲਰ ਬਾਰੇ ਵੀ ਗੱਲਾਂ ਬਾਤਾਂ ਕਰਦੇ ਹਾਂ ਤੇ ਪਿੰਡ ਚ ਚੱਲ ਰਹੀ ਸਿਆਸਤ ਬਾਰੇ ਵੀ ਗੱਲਾਂ ਬਾਤਾਂ ਕਰਦੇ ਹਾਂ। ਗੁਰਨਾਮ ਪਿੰਡ ਚ ਕਿੰਨਾ ਕੁ ਆਉਂਦਾ? ਪਿੰਡ ਚ ਰਹਿੰਦਾ ਨਾ ਕੋਈ? ਉਹ ਇੱਥੇ ਹੀ ਪਿੰਡ ਹੀ ਤੁਰਿਆ ਫਿਰਦਾ ਜੀ, ਰਹਿਣ ਦੀ ਕਿਹੜੀ ਗੱਲ ਆ, ਜਦੋਂ ਮਰਜ਼ੀ ਫੜ ਲਈਏ ਗੁੱਟੋ, ਇਹ ਵੀ ਕੋਈ ਨੀ ਪਤਾ ਹੁਣ ਝੱਟ ਨੂੰ ਆ ਹੀ ਜਾ ਰਹੇ। ਮੈਨੂੰ ਉਹਨਾਂ ਗਾਣਾ ਜੋ ਸੁਣਾਇਆ ਅਜੇ ਚੈਨਲ ਤੇ ਕਿਸੇ ਤੇ ਨਹੀਂ ਆਇਆ ਸੀਗਾ। ਮੈਂ ਅੰਕਲੇ ਗਾਣਾ ਨੀ ਆਇਆ, ਇਹ ਧਮਾਕਾ ਹੀ ਆ ਗਿਆ ਜੇ। ਮੈਂ ਵਰਲਡ ਲੈਵਲ ਦੇ ਦੇਖੋ ਤੁਸੀਂ ਬਣਦਾ ਕੀ। ਮੈਂ ਗ੍ਰੰਥੀ, ਮੈਂ ਸਾਡੇ ਪਿੰਡ ਦੀ ਵੱਡੀ ਪ੍ਰਾਪਤੀ ਸਾਡੇ ਕੋਲ ਇਹ ਹੈ ਵੀ ਸਾਡੇ ਪਿੰਡ ਚ ਏਸ਼ੀਆ ਦਾ ਇੱਕ ਨੰਬਰ ਵਾਟਰ ਵਰਕਸ ਆ। ਸਭ ਤੋਂ ਪਹਿਲਾਂ ਇੱਥੇ ਵੱਡਾ ਵਾਟਰ ਵਰਕਸ ਬਣਿਆ ਸੀ, 25 ਪਿੰਡਾਂ ਨੂੰ ਪਾਣੀ ਜਾਂਦਾ ਸੀ। ਕਮਾਲ ਵਾਲੇ ਤੋਂ ਲੈ ਕੇ ਕੇਰੀਆਂ ਪਿੰਡ ਬਾਰਡਰ ਤੇ ਪੈਂਦਾ ਜੀ, ਪਾਕਿਸਤਾਨ ਦੀਆਂ ਤਾਰਾਂ ਨਾਲ ਪਾਣੀ ਲੱਗਦਾ ਸੀ। ਪੇਚਾ ਪੰਚਾਇਤਾਂ ਦਾ ਲੈ ਕੇ ਅਸੀਂ ਪਹੁੰਚੇ ਹਾਂ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਮਾਲ ਵਾਲਾ ਦੇ ਵਿੱਚ। ਤੇ ਕਮਾਲ ਵਾਲਾ ਕਿਉਂ ਪਹੁੰਚੇ ਹਾਂ? ਕਿਉਂਕਿ ਇਸ ਪਿੰਡ ਦੇ ਇੱਕ ਮੁੰਡੇ ਨੇ ਬਹੁਤ ਨਾਂ ਕਮਾਇਆ ਗਾਇਕੀ ਦੇ ਖੇਤਰ 'ਚ। ਜੀ ਹਾਂ, ਗੁਰਨਾਮ ਭੁੱਲਰ ਦਾ ਪਿੰਡ ਹੈ ਜੀ ਕਮਾਲ ਵਾਲਾ, ਫਾਜ਼ਿਲਕਾ ਜ਼ਿਲ੍ਹੇ ਦਾ ਪਿੰਡ ਹੈ, ਹਾਲਾਂਕਿ ਪਿੱਛੇ ਹਟਵਾਂ ਪਿੰਡ ਹੈ, ਪਰ ਪਿੱਛੇ ਹਟਵੇਂ ਪਿੰਡ ਦੇ ਵਿੱਚੋਂ ਇੱਥੋਂ ਦੇ ਉਸ ਨੌਜਵਾਨ ਗਾਇਕ ਨੇ ਅਗਾਂਹ ਹੋ ਕੇ ਦੁਨੀਆ ਭਰ ਦੇ ਵਿੱਚ ਪੰਜਾਬੀਆਂ 'ਚ ਆਪਣਾ ਵੱਖਰਾ ਨਾਮ ਬਣਾਇਆ, ਆਪਣੀ ਪਹਿਚਾਣ ਬਣਾਈ ਹੈ। ਪਰ ਅੱਜ ਗੁਰਨਾਮ ਭੁੱਲਰ ਦੇ ਪਿੰਡ ਦੇ ਵਿੱਚ ਅਸੀਂ ਤਾਂ ਆਏ ਹਾਂ ਕਿ ਭਾਈ ਗਾਇਕ ਦੇ ਪਿੰਡ ਦੇ ਵਿੱਚ ਵੋਟਾਂ ਵੋਟਾਂ ਦੀ ਚਰਚਾ ਕਿੰਨੀ ਕੁ ਹੈ? ਪਿੰਡ ਦੇ ਲੋਕ ਇੱਥੇ ਮੌਜੂਦ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕਰਦੇ ਹਾਂ, ਗੁਰਨਾਮ ਭੁੱਲਰ ਬਾਰੇ ਵੀ ਗੱਲਾਂ ਬਾਤਾਂ ਕਰਦੇ ਹਾਂ ਤੇ ਪਿੰਡ 'ਚ ਚੱਲ ਰਹੀ ਸਿਆਸਤ ਬਾਰੇ ਵੀ ਗੱਲਾਂ ਬਾਤਾਂ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਤੇ ਗੁਰਨਾਮ ਭੁੱਲਰ ਨੇ ਮੈਨੂੰ ਲੱਗਦਾ ਤੁਹਾਡੇ ਪਿੰਡ ਨੂੰ ਪਹਿਚਾਣ ਤਾਂ ਠੀਕ ਠਾਕ ਦਵਾ ਦਿੱਤੀ। ਬਿਲਕੁਲ ਬਾਈ ਜੀ, ਬਿਲਕੁਲ, ਸਾਡਾ ਆਪਦਾ ਪਰਿਵਾਰ ਹੈ, ਸਾਡਾ ਭਰਾ ਹੈ ਜੀ। ਸਾਡੇ ਪਿੰਡ ਨੂੰ ਪਹਿਲਾਂ ਕੋਈ ਨਹੀਂ ਜਾਣਦਾ ਹੁੰਦਾ ਸੀ। ਮੈਂ ਤੁਹਾਨੂੰ ਗੱਲ ਸੁਣਾਉਣਾ, ਜਦੋਂ ਬਾਈ ਜੀ ਦਾ ਗਾਣਾ ਆਇਆ ਸੀ ਨਾ, ਤੇਰੇ ਗੁੱਟ ਨੂੰ ਕੜਾ ਸਰਦਾਰਨੀਆਂ ਨੀ ਡਾਇਮੰਡ ਦੀ ਝਾਂਜਰ ਪਾ ਦਾਂਗੇ, ਉਸ ਤੋਂ ਬਾਅਦ ਤਾਂ ਫਿਰ ਕਿਹਾ ਸਾਡਾ ਪਿੰਡ ਵੀ ਤੇ ਸਾਡਾ ਭਰਾ ਵੀ ਦੋਨੋਂ ਹੀ ਡਾਇਮੰਡ ਸਟਾਰ ਬਣ ਗਏ ਜੀ। ਚਲੋ ਵੇਖੋ, ਕਦੇ ਵੀ ਜਦੋਂ ਵੀ ਕੋਈ ਧੀ ਪੁੱਤ ਅੱਗੇ ਜਾਂਦਾ ਹੈ ਜੀ, ਸਾਨੂੰ ਅਸੀਂ ਫਖਰ ਨਾਲ ਦੱਸਦੇ ਹਾਂ ਜੀ ਕਿ ਸਾਡਾ ਗੁਰਨਾਮ ਭੁੱਲਰ ਸਾਡਾ, ਕਿਉਂਕਿ ਉਹਨੇ ਸਾਡਾ ਪਿੰਡ ਮਸ਼ਹੂਰ ਕਰਤਾ ਜੀ, ਤੇ ਅਸੀਂ ਉਹਨੂੰ ਮਸ਼ਹੂਰ ਕਰਨਾ। ਅੱਛਾ, ਪਿੰਡ ਭੁੱਲਰਾਂ ਦਾ ਜਾਦੇ ਭੁੱਲਰ ਨਹੀਂ ਜੀ, ਇੱਥੇ ਸਾਰੇ ਹੀ ਜਰਿੰਦੇ ਨੇ, ਸਾਰੇ ਰਹਿੰਦੇ ਨੇ। ਇਹ ਸਾਡਾ ਪੁਰਾਣਾ ਪਿੰਡ ਪਾੜੋਕਾ ਸੀ ਜੀ, ਅਸੀਂ ਇਕੱਠੇ ਹੀ ਸੀਗੇ, ਸਾਡੇ ਘਰ ਪਿੱਛੇ ਵੀ ਇਕੱਠੇ ਸੀਗੇ। ਅੱਛਾ, ਤੇ ਗੁਰਨਾਮ ਪਿੰਡ 'ਚ ਕਿੰਨਾ ਕੁ ਆਉਂਦਾ? ਪਿੰਡ 'ਚ ਰਹਿੰਦਾ ਨਾ ਕੋਈ? ਹੁਣ ਉਹ ਇੱਥੇ ਹੀ ਪਿੰਡ ਹੀ ਤੁਰਿਆ ਫਿਰਦਾ ਜੀ, ਰਹਿਣ ਦੀ ਕਿਹੜੀ ਗੱਲ ਆ, ਜਦੋਂ ਮਰਜ਼ੀ ਫੜ ਲਈਏ ਗੁੱਟੋਂ, ਇਹ ਵੀ ਕੋਈ ਨਹੀਂ ਪਤਾ ਹੁਣ ਝੱਟ ਨੂੰ ਆ ਹੀ ਜਾਵੇ। ਉਹਦੇ ਪਾਪਾ ਤੇ ਇੱਥੇ ਹੀ ਰਹਿੰਦੇ ਨੇ, ਉਹਦੇ ਚਾਚੇ ਤਾਏ ਸਾਰੇ ਇੱਥੇ ਰਹਿੰਦੇ ਨੇ। ਹਾਂਜੀ ਹਾਂਜੀ, ਤੇ ਫਿਰ ਉਹਦੀਆਂ ਫਿਰ ਉਹ ਤਾਂ ਬੇਸ਼ੱਕ ਉਹਨੇ ਗਾਇਕੀ 'ਚ ਵੱਡਾ ਨਾਮ ਕਰਤਾ, ਕੋਈ ਥੋੜਾ ਬਹੁਤਾ ਗੁਰ ਤੁਹਾਨੂੰ ਵੀ ਦਿੱਤਾ, ਕੋਈ ਚਾਰ ਲੈਣਾ ਗਾ ਲੈਂਦੇ ਆ ਗਾ ਕੇ ਤੁਹਾਨੂੰ ਸੁਣਾ ਦਿੱਤੀਆਂ ਜੀ। ਚੰਗੀ ਤਰ੍ਹਾਂ ਸੁਣਾਓ ਫਿਰ। ਸੁਣਾ ਦੇਣੇ ਜੀ, ਜਦੋਂ ਉਹਨਾਂ ਦਾ ਗਾਣਾ ਆਇਆ ਸੀ ਨਾ ਜੀ, ਤੁਹਾਨੂੰ ਮੈਂ ਅੱਗੇ ਸੁਣਾਇਆ ਨੀ, ਤੇਰੇ ਗੁੱਟ ਨੂੰ ਕੜਾ ਸਰਦਾਰਨੀਏ ਡਾਇਮੰਡ ਦੀ ਝਾਂਜਰ ਪਾ ਦਾਂਗੇ, ਮੈਂ ਉਹਦੇ ਅੰਕਲ ਜੀ ਕੋਲ ਬੈਠਾ ਸੀਗਾ, ਮੈਨੂੰ ਉਹਦਾ ਪੁੱਤ ਤੇਰੇ ਭਰਾ ਦਾ ਗਾਣਾ ਆ ਗਿਆ ਨਵਾਂ। ਮੈਂ ਦੱਸੋ ਜੀ, ਮੈਨੂੰ ਉਹਨਾਂ ਗਾਣਾ ਜਦੋਂ ਸੁਣਾਇਆ ਜੀ, ਉਹ ਚੈਨਲ ਤੇ ਕਿਸੇ ਤੇ ਵੀ ਨਹੀਂ ਆਇਆ ਸੀਗਾ, ਮੈਨੂੰ ਉਹਦੇ ਪੁੱਤ 10 ਮਿੰਟਾਂ ਦੇ ਵਿੱਚ। ਮੈਂ ਅੰਕਲੇ ਗਾਣਾ ਨਹੀਂ ਆਇਆ, ਇਹ ਧਮਾਕਾ ਹੀ ਆ ਗਿਆ ਜੇ, ਮੈਂ ਵਰਲਡ ਲੈਵਲ ਤੇ ਵੇਖੋ ਤੁਸੀਂ ਬਣਦਾ ਕੀ। ਉਦੋਂ ਬਾਅਦ ਕਿਆ ਬਾਤਾਂ ਹੋ ਗਈਆਂ ਜੀ, ਸਾਡੇ ਭਰਾ ਨੂੰ ਰੱਬ ਤਰੱਕੀਆਂ ਬਖਸ਼ੇ, ਮੈਂ ਕਮਾਲ ਹੋ ਗਈ ਜੀ, ਤੇ ਸਾਡਾ ਪਿੰਡ ਵੀ ਕਮਾਲ ਹੈ ਤੇ ਕਰ ਵੀ ਕਮਾਲ ਦਿੱਤੀ ਜੀ ਉਹਨਾਂ ਨੇ। ਕਹਿੰਦੇ ਕਮਾਲ ਵਾਲਾ ਪਿੰਡ ਹੈ ਤੇ ਕਮਾਲ ਕਹਿੰਦੇ ਕਰਤੀ, ਤਾਂ ਗਾਣਾ ਤਾਂ ਬੇਸ਼ੱਕ ਡਾਇਮੰਡ ਵਾਲਾ ਗਾਇਆ, ਪਰ ਪਿੰਡ ਪਿੰਡ ਵੀ ਉਵੇਂ ਹੈਗਾ, ਡਾਇਮੰਡ ਵਾਂਗੂ ਬਣਾਉਣਾ ਕਿ ਕਿਵੇਂ ਹੈ? ਇਹ ਸਰਪੰਚ ਸਾਹਿਬ ਬਣਾਉਣਗੇ ਹੁਣ, ਚਲੋ ਅੱਗੇ ਤਾਂ ਜਿਵੇਂ ਹੋ ਗਿਆ ਚੱਲਦਾ ਰਿਹਾ ਠੀਕ ਹੈ, ਹੁਣ ਸਰਪੰਚ ਸਾਹਿਬ ਨੂੰ ਅੱਗੇ ਕਰਨੇ ਆ, ਸਰਪੰਚ ਸਾਹਿਬ ਅੱਗੇ ਕੋਈ ਉਦਮ ਕਰਦੇ ਨੇ, ਕੋਈ ਗਲੀਆਂ ਨਾਲੀਆਂ ਕੋਈ ਰਹਿੰਦੀਆਂ ਨੇ, ਇਹ ਕਰਨਗੇ। ਤੁਹਾਡੇ ਪਿੰਡ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਵੇਖਿਆ ਜਾਵੇ ਸਿਆਸਤ ਘੁੰਮ ਰਹੀ ਹੈ ਹੁਣ?
ਵੀਰ ਅਸੀਂ ਨਾ ਅਕਾਲੀ ਦਲ ਕਾਂਗਰਸ ਆਮ ਝਾੜੂ ਵਾਲੇ ਇਲੈਕਸ਼ਨ ਸਾਂਝਾ ਇਲੈਕਸ਼ਨ ਲੜ ਰਹੇ ਹਾਂ, ਕੋਈ ਪਾਰਟੀ ਵਾਲੀ ਇਲੈਕਸ਼ਨ ਨਹੀਂ ਲੜ ਰਹੇ। ਸਾਡੇ ਜਿਹੜੇ ਕੰਮ ਰਹਿੰਦੇ ਆ ਭਰਪੀ ਦੇ, ਉਹ ਸਾਰੇ ਅਸੀਂ ਕੰਮ ਸਾਂਝੇ ਤੌਰ ਤੇ ਸਾਰੇ ਕੰਮ ਕਰਨ ਲਈ ਸਰਪੰਚ ਜਰਨੈਲ ਸਿੰਘ ਨੂੰ ਸਰਪੰਚ ਬਣਾਇਆ, ਤੇ ਇਹ ਹੁਣ ਜਰਨੈਲ ਸਿੰਘ ਦੀ ਜ਼ਿੰਮੇਵਾਰੀ ਲਈ ਪਿੰਡ ਤੇ ਜੋ ਕਰਨਗੇ ਵਧੀਆ ਕਰਨਗੇ। ਪੋਲੀਟੀਕਲੀ ਅੱਛਾ ਬਾਈ, ਤੁਸੀਂ ਸਰਬਸੰਮਤੀ ਨਾਲ ਹੋ ਰਿਹਾ ਕਿ ਕਿਵੇਂ ਹੋ ਰਿਹਾ? ਸਰਬਸੰਮਤੀ ਨਾਲ ਤਕਰੀਬਨ ਹੋ ਰਿਹਾ ਜੀ, ਮੈਂ ਤੁਹਾਨੂੰ ਅੱਗੇ ਤੁਸੀਂ ਆਏ ਸੀ ਉਦੋਂ ਵੀ ਦੱਸਿਆ ਸੀ। ਦੇਖੋ ਸਾਡੇ, ਚਲੋ ਜੀ, ਗੌਰਮੈਂਟ ਕਿਸੇ ਦੀ ਵੀ ਆ ਜੇ, ਸਰਕਾਰ ਕਿਸੇ ਦੀ ਵੀ ਬਣ ਜੇ, ਜਦੋਂ ਸਾਡੇ ਪਿੰਡ ਦੇ ਵਿੱਚ ਸਿਆਸੀ ਅਖਾੜਾ ਹੁੰਦਾ ਨਾ ਜੀ, ਸਾਡੀ ਜੰਗ ਲੜਾਈ ਸਿਰਫ ਇੱਕ ਅਖਾੜੇ ਤੱਕ, ਇੱਕ ਮੰਚ ਤੱਕ ਰਹਿ ਜਾਂਦੀ, ਉਸ ਤੋਂ ਬਾਅਦ ਸਾਰਾ ਸਾਡਾ ਪਰਿਵਾਰ ਸਾਂਝਾ। ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਡੇ ਪਿੰਡ ਨੂੰ ਉਦੋਂ ਸੋਨੇ ਦੀ ਚਿੜੀ ਬਣਾ ਦਿੱਤਾ ਜੀ, ਉਸ ਤੋਂ ਬਾਅਦ 5 ਸਾਲ ਕਾਂਗਰਸ ਦੀ ਗੌਰਮੈਂਟ ਰਹੀ, ਉਹਨਾਂ ਵੀ ਚਲੋ ਠੀਕ ਠਾਕ ਕੰਮ ਕੀਤੇ, ਪਰ ਹੁਣ ਜਦੋਂ ਦੀ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਗਈ ਆ, ਹੁਣ ਵੀ ਚਾਹੇ ਸਾਡੀ ਢਾਡੀ ਵਾਲੀ ਗੱਲ ਹੀ ਨਹੀਂ ਅਸੀਂ ਕਰਦੇ, ਐਮਐਲਏ ਸਾਹਿਬ ਨੂੰ ਸਾਡੇ ਪਿੰਡ ਦਾ ਕੋਈ ਵੀ ਪਰਸਨ ਫੋਨ ਲਾ ਦੇ ਕੰਮ ਕਰਨ ਵਾਸਤੇ, ਅਸੀਂ ਜਿਹੜਾ ਵੀ ਲੀਡਰ ਚੁਣਦੇ ਹਾਂ ਕੰਮਾਂ ਵਾਸਤੇ ਚੁਣਦੇ ਹਾਂ, ਅਸੀਂ ਕਿਸੇ ਤੇ ਪਰਚੇ ਕਰਾਉਣ ਵਾਸਤੇ ਜਾਂ ਕਿਸੇ ਤੇ ਸਿਆਸਤ ਦੀ ਧੌਂਸ ਜਮਾਉਣ ਵਾਸਤੇ ਨਹੀਂ ਕਰਦੇ। ਚਲੋ ਸਾਡੇ ਹੁਣ ਮੇਨ ਮੁੱਦੇ ਨੇ ਜੀ ਪਿੰਡ ਦੇ, ਤੁਹਾਨੂੰ ਮੈਂ ਦੱਸ ਦੇਣਾ ਜੀ, ਇੱਕ ਤਾਂ ਬਾਕੀਆਂ ਕੋਲ ਜਾਣੀ ਸਾਂਝੀ ਜੀ ਸਿਆਸਤ ਚੱਲਦੀ ਹੈ, ਸਾਂਝੀ ਸਾਂਝੀ ਬਿਲਕੁਲ ਲਓ ਜੀ, ਕਹਿੰਦੇ ਸਾਂਝੀ ਸਿਆਸਤ ਚੱਲਦੀ ਹੈ ਕਿਉਂਕਿ ਕਹਿੰਦੇ ਕਿ ਇਹਨਾਂ ਦਾ ਗਾਉਣ ਵਾਲਾ ਜਦੋਂ ਸਾਰਿਆਂ ਦਾ ਸਾਂਝਾ, ਤੇ ਇਸ ਕਰਕੇ ਪਿੰਡ ਦੇ ਵਿੱਚ ਸਿਆਸਤ ਕਹਿੰਦੇ ਕਿ ਬਹੁਤਾ ਲੋਕਲ ਪੰਚਾਇਤੀ ਚੋਣਾਂ ਨੂੰ ਬਹੁਤਾ ਪ੍ਰਭਾਵਿਤ ਨਹੀਂ ਕਰਦੀ। ਬਾਈ ਜੀ ਕਿਵੇਂ ਦੇਖਦੇ ਹੋ? ਅਸੀਂ ਅਕਸਰ ਕਈ ਪਿੰਡਾਂ 'ਚ ਦੇਖਦੇ ਹਾਂ ਕਿ ਪੰਚਾਇਤੀ ਚੋਣਾਂ 'ਚ ਤਾਂ ਬੜਾ ਕਈ ਵਾਰੀ ਦੁਸ਼ਮਣੀਆਂ ਵੀ ਪੈ ਜਾਂਦੀਆਂ, ਆਪਸੀ ਰਿਸ਼ਤੇ ਸੰਬੰਧ ਖਰਾਬ ਹੋ ਜਾਂਦੇ ਆ। ਨਹੀਂ ਸਰ, ਸਾਡੇ ਪਿੰਡ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ ਵੀ ਜਿਹੜਾ ਕੋਈ ਲੜਾਈ ਝਗੜਾ ਜਾਂ ਕਿਵੇਂ, ਅਸੀਂ ਸਾਂਝੇ ਇਲੈਕਸ਼ਨ ਲੜਦੇ ਹਾਂ। ਜੇ ਕੋਈ MLA MP ਦਾ ਇਲੈਕਸ਼ਨ ਹੁੰਦਾ ਹੈ ਤਾਂ ਵੀ ਸਾਡੇ ਕੋਈ ਇਹੋ ਜਿਹੀ ਲੜਾਈ ਜਾਂ ਦੰਗਾ ਕੋਈ ਨਹੀਂ ਹੁੰਦਾ ਜੀ, ਬਿਲਕੁਲ ਸਾਂਝੇ ਰਲ ਮਿਲ ਕੇ ਭਰਾ ਇਕੱਠੇ, ਜੋ ਵੀ ਸਾਡਾ ਲੰਗਰ ਪਾਣੀ ਵੀ ਹੁੰਦਾ ਪਿੰਡ ਚ ਉਹ ਸਾਂਝੇ ਕੀਤਾ ਜਾਂਦਾ ਸਾਡੇ ਵੱਲੋਂ। ਅੱਛਾ ਮੁੱਦੇ ਬਾਈ ਜੀ, ਕੀ ਕੰਮ ਕੁੰਮ ਪਿੰਡ ਦੇ ਕਿਹੋ ਜਿਹੇ, ਕਿੰਨੇ ਕੰਮ ਹੋਣ ਵਾਲੇ ਆ, ਕਿਹੜੀ ਤੁਹਾਨੂੰ ਲੱਗਦਾ ਕਿ ਆਹ ਕੰਮ ਹੋਣੇ ਚਾਹੀਦੇ ਜ਼ਰੂਰੀ ਆ? ਕੰਮ ਤਾਂ ਬਾਈ ਕੋਈ ਖਾਸ ਏਡੇ ਹੈ ਨੀ, ਕੰਮ ਤਾਂ ਹੋਏ ਪੈਣੇ, ਮਾੜੀਆਂ ਮੋਟੀਆਂ ਗਲੀਆਂ ਨਾਲੀਆਂ ਰਹਿੰਦੀਆਂ ਨੇ, ਹੋਰ ਕੋਈ ਜ਼ਿਆਦਾ ਏਡੇ ਕੰਮ ਵਾਲੀ ਗੱਲ ਹੈ ਨੀ, ਪਿੰਡ ਬਹੁਤ ਅੱਗੇ ਹੀ ਵਧ ਜਾਈਏ ਏਡੀ ਗੱਲ ਹੈ ਨੀ। ਬਾਕੀ ਹੁਣ ਸਰਪੰਚ ਸਾਹਿਬ ਬਣਦੇ ਨੇ, ਕੋਈ ਰਹਿੰਦੇ ਨੇ ਤੇ ਨਾ ਕੱਢਦੇ ਨੇ, ਕੜਕੜਕਾ ਸਾਰੇ ਕੱਢ ਦੇਣ। ਚਲੋ ਜੀ, ਕਹਿੰਦੇ ਕਿ ਕੰਮ ਇੱਥੇ ਸਰਦਾਰ ਸਾਹਿਬ ਕੱਢੇ ਨੇ। ਸਰਦਾਰ ਸਾਹਿਬ ਤੁਹਾਡਾ ਤਾਂ ਜ਼ਿੰਦਗੀ ਦਾ ਤਜਰਬਾ ਵੀ ਲੱਗਦਾ ਕਿ ਸਾਡੇ ਨਾਲ ਤਾਂ ਬਹੁਤ ਜ਼ਿਆਦਾ, ਬਾਕੀਆਂ ਇਹਨਾਂ ਨੌਜਵਾਨਾਂ ਨਾਲ ਜ਼ਿਆਦਾ ਹੋਊਗਾ, ਕਿਵੇਂ ਦੇਖਦੇ ਹੋ ਪੰਚਾਇਤੀ ਚੋਣਾਂ ਦੇ ਵਿੱਚ ਕਈ ਵਾਰੀ ਮਾਹੌਲ ਵੀ ਵਿਗੜ ਜਾਂਦਾ? ਅਸਲ ਵਿੱਚ ਤੇ ਮੈਂ ਆ ਗ੍ਰੰਥੀ, ਅੱਛਾ ਜੀ, ਮੈਂ ਬੰਦਾ ਸਾਂਝਾ ਜੀ, ਤੇ ਅਸੀਂ ਆਨੇ ਵੀ ਜਿਹੜਾ ਵੀ ਸਾਡਾ ਬਣੇ, ਮੈਂ ਕਮਾਲ ਵਾਲੇ ਜਦੇ ਪਾਠ ਕਰਦਾ ਹਾਂ ਵੀ ਕੰਮ ਇੱਥੇ ਚੰਗੇ ਹੋਣ, ਬੰਦਾ ਚੰਗਾ ਅੱਗੇ ਆਵੇ ਤੇ ਸਾਡੇ ਕਮਾਲ ਵਾਲੇ ਦਾ ਅਗਾਂਹ ਕੰਮ ਜਿਹੜਾ ਵੱਧ ਜੇ ਜੀ। ਅੱਛਾ, ਵੈਸੇ ਇਸ ਇਲਾਕੇ ਦੇ ਵਿੱਚ, ਕਿਉਂਕਿ ਜਦੋਂ ਪਹਿਲਾਂ ਗੱਲ ਕੀਤੀ ਕਿ ਕਈ ਵਾਰੀ ਨਾ ਪੰਚਾਇਤੀ ਚੋਣਾਂ 'ਚ ਆਪਸੀ ਤਲਖੀ ਜਾਂ ਮਾਹੌਲ ਸੰਬੰਧ ਖਰਾਬ ਹੋ ਜਾਂਦੇ ਆਪਸੀ, ਤਾਂ ਇੱਥੋਂ ਦਾ ਮਾਹੌਲ ਵੈਸੇ ਕਿਵੇਂ ਆ? ਇੱਥੇ ਦਾ ਮਾਹੌਲ ਬਹੁਤ ਵਧੀਆ, ਇੱਥੇ ਲੜਾਈ ਝਗੜੇ ਵਾਲੀ ਗੱਲ ਕੋਈ ਨਹੀਂ ਹੈਗੀ। ਇੱਥੇ ਤਾਂ ਅਸੀਂ ਮਤਲਬ ਚੱਲ ਭਾਵੇਂ ਮੇਰਾ ਪਿੰਡ ਉਹੀ ਆ, ਮੈਂ ਆਮ ਇੱਥੇ, ਕਿਉਂ ਮੈਂ ਪਾਠ ਇੱਥੇ ਹੀ ਕਰਦਾ ਜ਼ਿਆਦਾ ਕਮਾਉਣ ਵਾਲੇ 'ਚ ਹੀ, ਤੇ ਆ ਵੀ ਜਾਈਦਾ ਉੱਥੇ, ਉੱਧਰ ਵੀ ਉੱਥੇ ਬਹਿ ਜਾਈਦਾ ਜਦੋਂ ਆਪਣੀਆਂ ਦੂਜੀਆਂ ਵੋਟਾਂ ਹੁੰਦੀਆਂ, ਤੇ ਭਰਾ ਬੈਠੇ ਹੁੰਦੇ, ਐਂ ਬੈਠੇ ਹੁੰਦੇ, ਲੜਾਈ ਝਗੜੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈਗੀ। ਕਦੇ ਵੋਟਾਂ ਮੋਖ ਖਰਾਬ? ਨਾ ਨਾ, ਕਿਤੇ ਡਾਂਗ ਨਹੀਂ ਚੱਲੀ, ਕਾਲ ਨਹੀਂ ਕੱਢੀ ਕਿਸੇ ਨੂੰ ਕਿਸੇ ਨੇ। ਇਹ ਵੀ ਬੜੀ ਖਾਸੀਅਤ ਹੈ ਜੀ, ਵਧੀਆ ਗੱਲ ਇਹਨਾਂ ਨੇ ਕੀਤੀ ਹੈ ਕਿ ਇਸ ਪਿੰਡ ਦੇ ਵਿੱਚ ਮਾਹੌਲ ਖਰਾਬ ਨਹੀਂ ਹੁੰਦਾ। ਬਾਈ ਜੀ ਹੁਣ ਪਿੱਛੇ ਖੜੇ ਆ, ਪਿਛਲੇ ਨਹੀਂ ਹੁੰਦੇ ਆ। ਬਾਈ ਜੀ ਜਿਵੇਂ ਹੁਣ ਸਿੰਘ ਗ੍ਰੰਥੀ ਸਾਹਿਬ ਕਹਿ ਰਹੇ ਸੀਗੇ, ਕਹਿੰਦੇ ਇੱਥੇ ਮਾਹੌਲ ਠੀਕ ਰਹਿੰਦਾ, ਤਾਂ ਐਸਾ ਕੀ ਕਾਰਨ ਹੈ ਕਿ ਕਈ ਪਿੰਡਾਂ 'ਚ ਮਾਹੌਲ ਖਰਾਬ ਹੋ ਜਾਂਦਾ, ਤੁਸੀਂ ਕਿਵੇਂ ਸੰਭਾਲ ਕੇ ਰੱਖਿਆ ਵਾ? ਇੱਥੇ ਭਰੱਪੀਆਂ ਦਾ ਇਕੱਠ ਜੋੜ ਬਹੁਤ ਹੈ ਜੀ, ਸਾਰੀਆਂ ਭਰੱਪੀਆਂ ਇੱਕ ਦੂਜੇ ਨਾਲ ਰਲ ਮਿਲ ਕੇ ਚੱਲਦੀਆਂ ਜੀ। ਹਾਂਜੀ ਹਾਂਜੀ, ਭਾਈਚਾਰਾ ਬਣਾ ਕੇ ਰੱਖਦੇ, ਭਾਈਚਾਰਾ ਬਣਾ ਕੇ ਰੱਖਦੇ ਜੀ। ਹਾਂਜੀ ਬਾਈ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਨਿਊਜ਼ 18 ਦੇਖ ਰਹੇ ਨੂੰ, ਤੇ ਸਾਡਾ ਪਿੰਡ ਹੈ ਜੀ ਬਹੁਤ ਵਧੀਆ ਹੈ ਜੀ, ਸਾਰਿਆਂ ਦੀ ਰਿਸ਼ਤੇਦਾਰੀਆਂ ਹੈ ਜੀ,
ਤੇ ਸਾਰੇ ਅਸੀਂ ਜਿਹੜੇ ਨਾਲ ਰਲ ਮਿਲ ਕੇ ਰਹਿੰਦੇ ਹਾਂ ਜੀ, ਤੇ ਸਾਡੇ ਉਹ ਜੀ ਗੱਲ ਹੈ ਨੀ ਲੜਾਈ ਝਗੜੇ ਵਾਲੀ, ਬਹੁਤ ਵਧੀਆ ਸ਼ਾਂਤਮਈ ਤਰੀਕੇ ਨਾਲ ਸਾਡੇ ਪਿੰਡ ਚੋਣ ਹੁੰਦੀ ਹੈ ਜੀ। ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਸਾਰੇ ਰਲ ਮਿਲ ਕੇ ਰਹੋ ਜੇ, ਨਸ਼ੇ ਤੋਂ ਦੂਰ ਰਹੋ ਜੇ, ਤੇ ਆਪਸੀ ਭਾਈਚਾਰਾ ਜਿਹੜਾ ਮਿੱਤਰਤਾ ਦੋਸਤੀ ਜਿਹੜੀ ਹੈ ਉਹ ਖਤਮ ਨਾ ਕਰਿਓ, ਤੁਸੀਂ ਲੜਾਈ ਝਗੜਾ ਨਾ ਕਰਿਓ, ਵਧੀਆ ਆਰਾਮ ਨਾਲ ਜਿਹੜਾ ਇਲੈਕਸ਼ਨ ਕਰਿਓ। ਬਾਕੀ ਜਿਹੜੀ ਸਾਡੀ ਸਪੋਰਟ ਹੈ ਬਾਈ ਜੀ ਆਪਣੇ ਜਰਨੈਲ ਸਿੰਘ ਜੀ ਲੋਹਰੀਆ ਜੀ, ਬਹੁਤ ਵਧੀਆ ਅੱਛੇ ਪੜ੍ਹੇ ਲਿਖੇ, ਉਹਦਾ ਤੁਸੀਂ ਜਿਹਨੂੰ ਮਰਜ਼ੀ ਸਪੋਰਟ ਕਰ ਦਿਓ। ਅੱਛਾ ਬਾਈ ਜੀ, ਤੁਹਾਡੇ ਪਿੰਡ ਦਾ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਹੈ ਗੁਰਨਾਮ ਦਾ ਪਿੰਡ ਹੈ, ਤਾਂ ਸਾਰਿਆਂ ਨੂੰ ਮਿਲਦਾ ਗਿਲਦਾ ਪਿੰਡ ਚ, ਕਿਸ ਤਰ੍ਹਾਂ ਦੀ ਗੱਲਾਂ ਬਾਤਾਂ ਕਰਦਾ? ਬਹੁਤ ਵਧੀਆ ਗੱਲਾਂ ਬਾਤਾਂ ਕਰਦਾ ਜੀ। ਸਿਆਸਤ ਚ ਦਖਲ ਦਿੰਦਾ ਫਿਰ? ਨਹੀਂ ਨਹੀਂ ਦਿੰਦਾ ਜੀ, ਉਹ ਸਾਰਿਆਂ ਨੂੰ ਇੱਕੋ ਜਿਹਾ ਸਮਝਾਈ ਸਾਰਿਆਂ ਨੂੰ ਜੀ। ਅੱਛਾ ਹਾਂਜੀ, ਕਿਸੇ ਨਾਲ ਨਹੀਂ ਬੁੱਟਾ ਬੁੱਟਾ ਕਹਿੰਦਾ ਨੀ ਕਿਹਨੂੰ ਪਾ ਦੋ ਕਿਹਨੂੰ ਨਾ ਪਾਓ? ਨਹੀਂ ਨਹੀਂ ਜੀ, ਇਹੋ ਜਿਹੀ ਕੋਈ ਗੱਲ ਹੀ ਨਹੀਂ ਉਹਦੀ, ਜਿਹੜਾ ਬਣ ਗਿਆ ਉਹ ਹੀ ਉਹਦਾ ਹੈ, ਉਸ ਕੋਈ ਉਸੇ ਦਾ ਜੀ। ਪਿੰਡ ਵਿੱਚ ਕਦੀ ਨੀ ਆਣ ਕੇ ਉਹਨੇ ਕਿਹਾ ਵੀ ਇਸ ਪਾਰਟੀ ਨੂੰ ਸਪੋਰਟ ਕਰੋ, ਬਿਲਕੁਲ ਨੀ, ਇਸ ਸਿਆਸਤ ਦੇ ਵਿੱਚ ਆਉਂਦੇ ਨੀ ਉਹ ਜੀ, ਬਿਲਕੁਲ ਦਖਲ ਨੀ ਦਿੰਦੇ ਜੀ। ਅੱਛਾ ਬਾਈ ਜੀ, ਕੀ ਲੱਗਦਾ ਕਿ ਮੁਖਤਾਰ ਜੋ ਪਹਿਲਾਂ ਮੈਂ ਗੱਲ ਕੀਤੀ ਬਾਈ ਜੀ ਕਹਿੰਦੇ ਕੰਮ ਸਾਰੇ ਹੋਏ ਹੋਏ, ਚਲੋ ਉਹ ਕਈ ਵਾਰੀ ਸਪੋਰਟਰ ਹੁੰਦਾ, ਪਰ ਵੈਸੇ ਪਿੰਡ ਚ ਤੁਹਾਨੂੰ ਕੀ ਲੱਗਦਾ ਕਿ ਹਾਲੇ ਕੰਮ ਤਾਂ ਬਹੁਤ ਹੋਣ ਵਾਲੇ ਹੁੰਦੇ ਆ, ਕਿਹੜੇ ਮੁੱਖ ਤੌਰ ਤੇ ਤੁਹਾਨੂੰ ਲੱਗਦਾ ਕਿ ਸਰਪੰਚ ਦੀ ਜ਼ਿੰਮੇਵਾਰੀ ਬਣ ਜਾਂਦੀ ਕਿ ਆਹ ਕੰਮ ਜ਼ਰੂਰ ਹੋਣੇ ਚਾਹੀਦੇ ਆ? ਇੱਕ ਤਾਂ ਪਹਿਲੀ ਗੱਲ ਤਾਂ ਸਾਡੇ ਕੰਮ ਸੁਖਬੀਰ ਜੀ ਨੇ ਛੱਡੇ ਹੀ ਕੋਈ ਨਹੀਂ, ਜਿਹੜੇ ਕੰਮ ਰਹਿ ਗਏ ਸਾਡੇ ਛੱਪੜ ਦੀ ਨਿਕਾਸੀ ਏ ਉਹ ਘੱਟ ਏ, ਜਾਂ ਮਾੜੀ ਮੋਟੀ ਗਲੀਆਂ ਨਾਲੀਆਂ ਜਿਹੜੀਆਂ ਸਹੀ ਨਹੀਂ ਬਣੀਆਂ, ਠੇਕੇਦਾਰ ਦੀ ਕਮੀ ਰਹਿ ਗਈ, ਉਹ ਜਾਂ ਕੋਈ ਨਸ਼ੇ ਬਾਰੇ, ਉਹ ਜਿਹੜਾ ਅਸੀਂ ਜਰਨੈਲ ਸਿੰਘ ਦੀ ਜ਼ਿੰਮੇਵਾਰੀ ਦੇ ਰਹੇ ਹਾਂ। ਇੱਥੇ ਸਟਰੀਟ ਲਾਈਟਾਂ ਵੀ ਹੈ ਨੀ, ਮੈਂ ਵੇਖ ਰਿਹਾ ਕਿ ਹਨੇਰਾ ਜਿਹਾ ਹੋਇਆ ਪਿਆ। ਇਹ ਜੀ ਆਈਆਂ ਥੋੜੀਆਂ ਆਈਆਂ ਜੀ, ਉਹ ਸੁਖਬੀਰ ਸਿੰਘ ਵਾਲੇ ਵਾਲੇ ਆਈਆਂ ਸੀ, ਕੁਛ ਹੁਣ ਵੀ ਆਈਆਂ, ਇਸ ਸਰਕਾਰ ਨੇ ਵੀ ਦਿੱਤੀਆਂ ਤੇ, ਪਰ ਹੁਣ ਨਵੇਂ ਸਰਪੰਚ ਬਣ ਗਏ ਤੇ ਜ਼ਰੂਰ ਚਾਨਣ ਕਰ ਦੇਵਾਂਗੇ ਜੀ। ਤਾਂ ਲਓ ਜੀ, ਖੈਰ ਇੱਕ ਇਹਨਾਂ ਦੀ ਖਾਸੀਅਤ ਮੈਂ ਦੇਖ ਲਈ, ਕੁਝ ਕੁ ਬੰਦਿਆਂ ਦੀ ਕਿਸੇ ਇੱਕ ਪਾਰਟੀ ਤਰੀਫ ਨਹੀਂ ਕਰ ਰਹੇ, ਸਾਰੀਆਂ ਦੀ ਕਰਦੇ ਆ, ਕਹਿੰਦੇ ਕਿ ਸਾਡਾ ਤਾਂ ਸਾਂਝੇ ਕੰਮ ਹੈ, ਜਿਹਦੀ ਸਰਕਾਰ ਆਉਂਦੀ ਹੈ ਉਹੀ ਕਹਿੰਦੇ ਸਾਡੇ ਪਿੰਡ ਦਾ ਕੋਈ ਨਾ ਕੋਈ ਕੰਮ ਜਿਹੜਾ ਹੈਗਾ ਹੋ ਜਾਂਦਾ, ਪਿੰਡ ਦਾ ਕੰਮ ਫਸਦਾ ਨਹੀਂ। ਖੈਰ ਸਾਰੇ ਪਿੰਡਾਂ 'ਚ ਇੱਦਾਂ ਹੋਣਾ ਚਾਹੀਦਾ ਕਿ ਐਸੀਆਂ, ਚਾਹੇ ਉਹ ਸਰਪੰਚ ਦੀਆਂ ਚੋਣਾਂ ਹੋਣ ਜਾਂ ਹੋਰ ਹੋਣ, ਆਪਸੀ ਸੰਬੰਧ ਜਿਹੜੇ ਨੇ ਉਹ ਖਰਾਬ ਨਹੀਂ ਹੋਣੇ ਚਾਹੀਦੇ। ਤਾਂ ਬਾਈ ਜੀ ਕੋਈ ਦੱਸਣਾ ਚਾਹੁੰਦੇ? ਹਾਂਜੀ ਹਾਂਜੀ ਬਾਈ ਜੀ, ਇੱਕ ਸਾਡੇ ਪਿੰਡ ਦੀ ਵੱਡੀ ਪ੍ਰਾਪਤੀ ਸਾਡੇ ਕੋਲ ਇਹ ਹੈ ਵੀ ਸਾਡੇ ਪਿੰਡ 'ਚ ਏਸ਼ੀਆ ਦਾ ਇੱਕ ਨੰਬਰ ਵਾਟਰ ਵਰਕਸ ਆ। ਸਭ ਤੋਂ ਪਹਿਲਾਂ ਇੱਥੇ ਵੱਡਾ ਵਾਟਰ ਵਰਕਸ ਬਣਿਆ ਸੀ, 25 ਪਿੰਡਾਂ ਨੂੰ ਦਾ ਪਾਣੀ ਜਾਂਦਾ ਸੀ ਜੀ, ਕਮਾਲ ਵਾਲੇ ਤੋਂ ਲੈ ਕੇ ਕੇਰੀਆਂ ਪਿੰਡ ਬਾਰਡਰ ਤੇ ਪੈਂਦਾ ਜੀ, ਪਾਕਿਸਤਾਨ ਦੀਆਂ ਤਾਰਾਂ ਨਾਲ ਪਾਣੀ ਲੱਗਦਾ ਸੀ। ਤੇ ਚਲੋ ਹੁਣ ਜਿਵੇਂ ਨਵੀਆਂ ਗਵਰਨਮੈਂਟਾਂ ਬਣ ਗਈਆਂ, ਉਹਨਾਂ ਨੇ ਵਾਟਰ ਵਰਕਸ ਮੰਨ ਲਓ ਦੋ ਮੰਨ ਲਓ ਹੋਰ ਦੇਤੇ ਨੇ, ਅਜੇ ਵੀ ਸਾਡੇ ਪਿੰਡ ਦੇ ਵਿੱਚੋਂ 15 ਪਿੰਡਾਂ ਨੂੰ ਪਾਣੀ ਜਾਂਦਾ ਹੈ ਜੀ। ਮੰਨ ਲਓ ਸਪੈਸ਼ਲ ਨਹਿਰ ਦੇ ਵਿੱਚੋਂ ਮੋਗਾ ਲੱਗਾ ਹੋਇਆ, ਵੱਡੇ ਉੱਥੇ ਮੰਨ ਲਓ 10-12 ਉੱਥੇ ਮੁਲਾਜ਼ਮ ਨੇ, ਕਿਆ ਚੀਜ਼ ਆ ਸ਼ਾਨਦਾਰ ਬਾਈ ਜੀ, ਤੁਸੀਂ ਲੇਟ ਹੋ ਗਏ, ਤੁਹਾਨੂੰ ਚੱਲ ਕੇ ਵਿਖਾਉਂਦੇ, ਤੁਸੀਂ ਕਹਿਣਾ ਕਿੱਥੇ ਲੈ ਆਂਦਾ, ਜੰਨਤ 'ਚ ਲੈ ਆਂਦਾ ਜੀ। ਕਮਾਲ ਵਾਲੇ ਦੇ ਵਿੱਚ ਬੜਾ ਕੁਛ ਆ ਬਾਈ ਜੀ, ਕਿਤੇ ਟਾਈਮ ਕੱਢ ਕੇ ਆਇਓ, ਤੁਹਾਨੂੰ ਵਿਖਾਵਾਂਗੇ ਕਮਾਲ ਵਾਲਾ। ਲਓ ਜੀ, ਕਹਿੰਦੇ ਨੇ ਕਿ ਸਾਡੇ ਪਿੰਡ ਦੇ ਆਪਦੇ ਪ੍ਰਬੰਧ ਤਾਂ ਹੋਣੇ ਹੀ ਆ, ਸਾਡਾ ਪਿੰਡ ਤਾਂ ਕਹਿੰਦੇ 20 ਪਿੰਡਾਂ ਤੀਕਰ ਪੀਣ ਵਾਲਾ ਪਾਣੀ ਪਹੁੰਚਾਉਂਦਾ। ਤਾਂ ਖੈਰ ਵਧੀਆ ਗੱਲ ਹੈ ਜੀ, ਜੇ ਸਾਰੇ ਪਿੰਡਾਂ 'ਚ ਪਿਆਰ ਭਾਈਚਾਰਾ ਇਸੇ ਤਰ੍ਹਾਂ ਹੋਵੇ ਤਾਂ ਖੈਰ ਸਰਪੰਚ ਪੰਚ ਬਣਦੇ ਰਹਿਣੇ ਆ, ਵੋਟਾਂ ਪੈਂਦੀਆਂ ਰਹਿਣੀਆਂ, ਆਪਸੀ ਰਿਸ਼ਤੇ ਨਾਤੇ ਆਪਸੀ ਸੰਬੰਧ ਖਰਾਬ ਨਾ ਹੀ ਕਰੋ ਤਾਂ ਚੰਗੀ ਗੱਲ ਹੈ। ਸਿਆਸਤ ਦੀ ਭੇਂਟ ਆਪਸੀ ਰਿਸ਼ਤਿਆਂ ਨੂੰ ਨਹੀਂ ਖੈਰ ਚੜਾਉਣਾ ਚਾਹੀਦਾ, ਰਲ ਮਿਲ ਕੇ ਅਗਰ ਤੁਸੀਂ ਆਪਦਾ ਨੁਮਾਇੰਦਾ ਚੁਣਦੇ ਹੋ ਤਾਂ ਉਹਦੇ ਨਾਲ ਪਿੰਡ ਦੀ ਸ਼ੋਭਾ ਵੀ ਬਣਦੀ ਹੈ ਤੇ ਪਿੰਡ ਦੇ ਕੰਮ ਵੀ ਬਿਨਾਂ ਪੱਖਪਾਤ ਦੇ ਸਾਰਿਆਂ ਦੇ ਮੈਨੂੰ ਲੱਗਦਾ ਹੈ ਕਿ ਚੰਗੇ ਹੋਣ। ਕੈਮਰਾਮੈਨ ਜਤਿੰਦਰ ਸਿੱਧੂ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18, ਕਮਾਲ ਵਾਲਾ, ਫਾਜ਼ਿਲਕਾ।